ਪੰਜਾਬੀ ਸਿੰਗਰ ਜਸ ਮਾਣਕ ਜੋ ਰਾਤੋ ਰਾਤ ਕਾਫੀ ਜ਼ਿਆਦਾ ਸਕਸੈਸ ਹਾਸਿਲ ਕਰ ਗਿਆ ਅਤੇ ਬਹੁਤ ਜ਼ਿਆਦਾ ਨੇਮ ਅਤੇ ਫੇਮ ਵੀ ਮਿਲ ਚੁੱਕਿਆ। ਔਰ ਹੁਣ ਜੇਕਰ ਗੱਲ ਕਰੀਏ ਇਸ ਸਿੰਗਰ ਦੇ ਕ੍ਰਸ਼ ਦੀ ਤਾਂ ਉਹ ਲੱਗਦਾ ਹੈ ਕਿ ਚੰਕੀ ਪਾਂਡੇ ਦੀ ਕੁੜੀ ਹੈ, ਕਿਉਂਕਿ ਚੰਕੀ ਪਾਂਡੇ ਦੀ ਕੁੜੀ ਜੋ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਪੋਸਟ ਕਰ ਰਹੀ ਹੈ ਉਸਨੂੰ ਲਾਈਕ ਕੀਤਾ ਜਾ ਰਿਹਾ ਜਸ ਮਾਣਕ ਦੇ ਵੱਲੋਂ ਅਤੇ ਨਾਲ ਹੀ ਜਸ ਮਾਣਕ ਕਮੈਂਟ ਵੀ ਕਰਦੇ ਨੇ। ਹਾਲ ਹੀ ਦੇ ਵਿੱਚ ਅਨਾਨਿਆ ਪਾਂਡੇ ਨੇ ਇੱਕ ਪੋਸਟ ਅਪਲੋਡ ਕੀਤੀ ਜਿਸ ਦੀ ਕੈਪਸ਼ਨ ਸੀਗੀ ਅ ਮਿਲੀਅਨ ਕਿਸਿਸ ਵਨ ਫੋਰ ਈਚ ਆਫ ਯੂ, I love you all and thanks for always loving me back. My first million. Sorry, I can't tag everyone. ਔਰ ਇਸ ਦੇ ਥੱਲੇ ਕਮੈਂਟ ਕੀਤਾ ਗਿਆ ਜਸ ਮਾਣਕ ਦੇ ਵੱਲੋਂ, ਆਹੋ ਮੇਰੇ ਵੱਲੋਂ ਵੀ ਆਹੀ ਕਮਲੀ। ਯਾਨੀ ਕਿ ਜਿਸ ਤਰੀਕੇ ਦਾ ਐਕਸਪ੍ਰੈਸ਼ਨ ਦੇ ਰਹੀ ਹੈ ਅਨਨਿਆ ਪਾਂਡੇ, ਜਸ ਮਾਣਕ ਕਹਿੰਦੇ ਨੇ ਕਿ ਮੇਰੇ ਵੱਲੋਂ ਵੀ ਤੇਰੇ ਵਾਸਤੇ ਇਹੀ ਹੈ। ਇਸ ਤੋਂ ਇਲਾਵਾ ਅਨਨਿਆ ਪਾਂਡੇ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਹੋਰ ਫੋਟੋ ਅਪਲੋਡ ਕੀਤੀ ਸੀਗੀ ਜਿਸ ਦੀ ਕੈਪਸ਼ਨ ਸੀਗੀ ਲੁੱਕ ਬੋਥ ਵੇਸ ਬਿਫੋਰ ਯੂ ਕ੍ਰੋਸ ਮਾਈ ਮਾਈਂਡ, ਐਂਡ ਇਸ 'ਤੇ ਕਮੈਂਟ ਕੀਤਾ ਗਿਆ ਜਸ ਮਾਣਕ ਦੇ ਵੱਲੋਂ, ਜੇ ਮੇਰੇ ਕੋਲੋਂ ਤੇਰੇ ਫੋਨ ਨਹੀਂ ਚੱਕ ਹੋਇਆ ਤਾਂ ਇਹਦਾ ਵੀ ਕੀ ਗੁੱਸਾ ਮੇਰੀ ਹੈ ਨਹੀਂ। ਉੱਥੇ ਦੂਜੇ ਪਾਸੇ ਜੇਕਰ ਆਪਣਾ ਹੌਟ ਅਵਤਾਰ ਦਿਖਾਇਆ ਅਨਨਿਆ ਪਾਂਡੇ ਨੇ ਤਾਂ ਉਸ ਦੇ ਵੀ ਉੱਤੇ ਜਸ ਮਾਣਕ ਲਿਖਦੇ ਨੇ ਓਏ ਹੋਏ ਸੋਹਣੀਏ ਹੱਥ ਕਰਾਈ ਜਾਂਦੀ ਹੈ। ਇੱਥੋਂ ਤੱਕ ਕਿ ਜਸ ਮਾਣਕ ਨੇ ਅਨਨਿਆ ਪਾਂਡੇ ਦੀ ਇੱਕ ਲਿਪ ਗਲੋਸ ਐਡ ਦੇ ਉੱਤੇ ਵੀ ਲਿਖ ਦਿੱਤਾ, ਤੂੰ ਨਹੀਂ ਟਲਦੀ ਫਿਰ। ਹੋਰ ਤੇ ਹੋਰ ਜਦ ਅਨਨਿਆ ਪਾਂਡੇ ਨੇ ਆਪਣਾ ਇੰਡੀਅਨ ਅਵਤਾਰ ਦਿਖਾਇਆ ਤੇ ਉਸ ਦੇ ਉੱਤੇ ਵੀ ਜਸ ਮਾਣਕ ਕਮੈਂਟ ਕਰਦੇ ਨੇ ਹਾਰਟ ਦਾ ਇਮੋਜੀ ਭੇਜ ਕੇ, ਕਿੱਦਾਂ ਜੱਟੀਏ। ਸੋ ਇਹ ਤੇ ਸੀਗੇ ਕੁਝ ਕਮੈਂਟਸ ਜੋ ਜਸ ਮਾਣਕ ਕਰ ਰਹੇ ਨੇ ਚੰਕੀ ਪਾਂਡੇ ਦੀ ਬੇਟੀ ਅਨਨਿਆ ਪਾਂਡੇ ਦੀਆਂ ਫੋਟੋਜ਼ ਅਤੇ ਵੀਡੀਓਜ਼ ਦੇ ਉੱਪਰ। ਸੋ ਇਹਨਾਂ ਕਮੈਂਟਸ ਤੋਂ ਬਾਅਦ ਇਹ ਸਾਫ਼ ਜ਼ਾਹਿਰ ਹੋ ਰਿਹਾ ਕਿ ਜਸ ਮਾਣਕ ਫਲਰਟ ਕਰ ਰਹੇ ਨੇ ਔਨਲਾਈਨ ਅਨਨਿਆ ਪਾਂਡੇ ਦੇ ਨਾਲ। ਹਾਲਾਂਕਿ ਅਨਨਿਆ ਪਾਂਡੇ ਨੂੰ ਇਸ ਦੀ ਨੌਲੇਜ ਹੈ ਜਾਂ ਨਹੀਂ ਇਹ ਬਾਅਦ ਦੀ ਗੱਲ ਹੈ, ਅਤੇ ਦੇਖਣਾ ਇਹ ਹੋਵੇਗਾ ਕਿ ਜਸ ਮਾਣਕ ਦਾ ਦਿਲ ਟੁੱਟਦਾ ਜਾਂ ਫਿਰ ਦਿਲ ਕਿਤੇ ਲੱਗ ਜਾਂਦਾ ਅਨਨਿਆ ਪਾਂਡੇ ਦੇ ਨਾਲ, ਇਹ ਤਾਂ ਵੇਲਾ ਹੀ ਦੱਸੂਗਾ। ਫਿਲਹਾਲ ਤੁਹਾਨੂੰ ਕੀ ਲੱਗਦਾ ਹੈ? ਆਪਣੀ ਰਾਏ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਡ੍ਰੌਪ ਕਰੋ।